ਇੱਕ ਹਜ਼ਾਰ ਫਸਲ ਆ ਜਿਹੜੀ ਕਿ ਇਕਨੋਮਿਕਲੀ ਗਰੋ ਹੋ ਸਕਦੀ ਹੈ, ਪਰ ਅਸੀਂ ਤਾਂ ਇਹ ਆ ਵੀ ਉਹੀ ਲੱਗੇ ਝੋਨਾ ਕਣਕ ਝੋਨਾ ਕਣਕ, ਬੁਰਾ ਹਾਲ ਕੀਤਾ ਪਿਆ। ਸਵਾਲ ਤਾਂ ਕਰ ਰਹੇ ਹਾਂ, ਜਦੋਂ ਇਹੋ ਜਿਹਾ ਮੌਸਮ ਬਣਦਾ ਨਾ, ਅਸੀਂ ਰੱਬ ਵੱਲ ਨੂੰ ਤਾਂ ਐਂ ਮੂੰਹ ਕਰ ਲੈਂਦੇ ਹਾਂ, ਇਹ ਵੀ ਸੋਚਦੇ ਹਾਂ ਵੀ ਰੱਬ ਕਿਤੇ ਤਾਂ ਹੋਣਾ ਵੀ ਬੱਦਲਾਂ ਕਰਕੇ ਸਾਡਾ ਨੁਕਸਾਨ ਹੋ ਰਿਹਾ, ਜਿਹੜਾ ਅਸੀਂ ਆਪ ਨੁਕਸਾਨ ਕਰ ਰਹੇ ਹਾਂ ਸਾਰਾ ਸਾਲ, ਉਹ ਕਦੇ ਨਹੀਂ ਸੋਚਿਆ। ਨਾ ਮੈਂ ਕਿਹਾ ਜੀ ਆਪਾਂ ਤਾਂ ਅਸੀਂ ਤਾਂ ਕਹਿੰਦੇ ਹਾਂ ਵੀ ਅਸੀਂ ਉਹ ਠੀਕ ਹਾਂ, ਪਰ ਜਾ ਕੇ ਲੇਕਿਨ ਕੁਦਰਤ ਤੁਹਾਨੂੰ ਵਾਰ ਵਾਰ ਪ੍ਰੂਵ ਕਰਦੀ ਹੈ ਵੀ ਤੁਸੀਂ ਗਲਤ ਹੋ। ਕਣਕ ਸੁੱਟਣ ਚੱਲਿਆ ਮਾਰਕੀਟ 'ਚ, ਝੋਨਾ ਸੁੱਟਣ ਚੱਲਿਆ, ਤੁਸੀਂ ਦੱਸੋ ਵੀ ਜਿਹੜੀ ਚੀਜ਼ ਸੋਨਿਆਂ ਦੀ ਤਰ੍ਹਾਂ ਦੀ ਪ੍ਰੋਡਿਊਸ ਕਰਦੇ ਉਹਨੂੰ ਸੁੱਟਣ ਜਾਓਗੇ? ਇਹ ਖੁਦਕੁਸ਼ੀਆਂ ਮਜੋਰਟੀ ਨਹੀਂ, ਆਲਮੋਸਟ ਸਾਰੀਆਂ ਹੀ ਜੱਟ ਸਿੱਖ ਕਰ ਰਹੇ ਨੇ, ਖੇਤੀ ਇਕੱਲੇ ਜੱਟ ਸਿੱਖ ਹੀ ਨਹੀਂ ਕਰਦੇ ਪੰਜਾਬ 'ਚ, ਸੈਨਿਕ ਮੋਹ ਮੁਸਲਮਾਨ ਵੀ ਕਰਦੇ ਆ। ਮੈਨੂੰ ਕਿਸੇ ਦਾ ਨਾਂ ਦੱਸੋ ਇਹਨਾਂ 'ਚੋਂ ਕਿਸੇ ਨੇ ਕੀਤੀ ਹੋਵੇ। ਇੱਕ ਜ਼ਿਮੀਦਾਰ ਮੈਨੂੰ ਕਹਿੰਦਾ, ਮੈਂ ਕਿਹਾ ਕਣਕ ਝੋਨਾ ਛੱਡ ਦਿਓ, ਇੱਕ ਬਜ਼ੁਰਗ ਮੈਨੂੰ ਕਹਿੰਦਾ ਤੂੰ ਦੱਸ ਦੇ ਫਿਰ ਕੀ ਬੀਜੀਏ। ਮੈਂ ਕਿਹਾ ਬਜ਼ੁਰਗਾ ਤੂੰ ਵੇਚ ਕੀ ਸਕਦਾ? ਕਹਿੰਦਾ ਵੇਚ ਤਾਂ ਮੈਂ ਕੁਛ ਨਹੀਂ ਸਕਦਾ। ਮੈਂ ਕਿਹਾ ਤੱਪੜ ਰੱਖ ਲਾ ਫਿਰ ਨਵੀਂ ਜੀ, ਜਾਂ ਤੂੰ ਵੇਚ ਨਹੀਂ ਸਕਦਾ ਬੀਜਣੀ ਕਾਹਦੇ ਵਾਸਤੇ ਆ? ਜਿਹੜੀ ਚੀਜ਼ ਵੀ ਤੁਹਾਨੂੰ ਆੜ੍ਹਤੀਏ ਦੀ ਦੁਕਾਨ 'ਤੇ ਵੇਚਣ ਜਾਣਾ ਪੈਣਾ, ਉਹਦੇ 'ਚ ਕੁਛ ਨਹੀਂ ਲੱਭਣਾ। ਗੌਰਮੈਂਟ ਦਾ ਕੰਮ ਕਾਰ ਦੇਣਾ ਨਹੀਂ ਜਾਂ ਉਹਦੇ ਪੈਟਰੋਲ ਪਾਉਣਾ ਨਹੀਂ, ਗੌਰਮੈਂਟ ਦਾ ਕੰਮ ਆ ਸੜਕ ਵਧੀਆ ਬਣਾਉਣਾ, ਤਾਂ ਕਿ ਆਪਣੀ ਕਾਰਾਂ ਨੂੰ ਆਪਣੇ ਪੈਟਰੋਲ ਘੱਟ ਯੂਜ਼ ਹੋਵੇ ਅਤੇ ਕਾਰਾਂ ਨੂੰ ਠੀਕ ਚਲਾ ਸਕੋ। ਅਤੇ ਗੌਰਮੈਂਟ ਲੱਗੀ ਹੋਈ ਆ ਕਾਰਾਂ ਦੇਣ, ਗੌਰਮੈਂਟ ਲੱਗੀ ਹੋਈ ਆ ਪੈਟਰੋਲ ਪਾਉਣ, ਇਹ ਕੰਮ ਨਹੀਂ ਚੱਲਦੇ। ਰੱਬ ਨੂੰ ਆਪਾਂ ਚਾਬੀ ਨਾਲ ਨਹੀਂ ਚਲਾ ਸਕਦੇ, ਕਿਸੇ ਫਸਲ ਨੂੰ ਥੋੜ੍ਹਾ ਫਾਇਦਾ ਹੋਊਗਾ ਤਾਂ ਕਿਸੇ ਨੂੰ ਨੁਕਸਾਨ ਹੋ, ਇਹ ਤਾਂ ਨਾਲ ਰਹਿਣਾ ਹੀ ਪੈਣਾ। ਖੇਤੀ ਐਸੀ ਆ ਸਾਰੀ ਖੇਤਾਂ 'ਚ ਹੁੰਦੀ ਆ, ਉੱਥੇ ਤੁਸੀਂ ਕਦੇ ਨਹੀਂ ਤੁਸੀਂ ਕਹਿ ਸਕਦੇ ਵੀ ਆਪਾਂ ਰੱਬ ਨੂੰ ਚਾਬੀ ਨਾਲ ਚਲਾ ਲਾਂਗੇ। ਜਿਹੜੀ ਕਿਸਾਨੀ ਆ, ਜੇ ਇਸ ਨੂੰ ਬਿਜ਼ਨਸ ਲਿਆ ਜਾਵੇ ਤਾਂ ਇਸ ਤੋਂ ਵਧੀਆ ਬਿਜ਼ਨਸ ਕੋਈ ਨਹੀਂ ਹੈਗਾ, ਇਹ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋ ਸਕਦਾ। ਹੁਣ ਤਾਂ ਕਹਿੰਦੇ ਘਾਟੇ ਦਾ ਸੌਦਾ ਹੈ, ਸੌਦਾ ਹੈਗਾ ਕਿਸਾਨੀ, ਜੇ ਇਹਨੂੰ ਬਿਜ਼ਨਸ ਦੀ ਤਰ੍ਹਾਂ ਆਪਾਂ ਲਵਾਂਗੇ ਫਿਰ ਘਾਟੇ ਦਾ ਨਹੀਂ ਹੈ। ਮੌਸਮ ਬਦਲਿਆ ਤਾਂ ਸਭ ਤੋਂ ਵੱਡਾ ਇੰਪੈਕਟ ਕਿਸਾਨੀ 'ਤੇ ਹੁੰਦਾ, ਸਾਡੀਆਂ ਫਸਲਾਂ ਦੇ ਉੱਤੇ। ਇਸ ਵੇਲੇ ਆਲੂ ਜ਼ਿਆਦਾਤਰ ਦੁਆਬੇ ਵਾਲੇ ਪਾਸੇ ਬੀਜਿਆ ਹੋਇਆ ਲੋਕਾਂ ਨੇ, ਮਾਲਵੇ 'ਚ ਕਣਕ ਬਹੁਤੀ ਬੀਜੀ ਹੋਈ ਹੈ, ਤਾਂ ਬਹੁਤ ਵੱਡੇ ਸਵਾਲ ਨੇ ਕਿ ਕੀ ਇਸ ਮੌਸਮ ਦੇ ਬਦਲਾਵ ਨਾਲ ਫਾਇਦਾ ਹੋਣਾ, ਨੁਕਸਾਨ ਹੋਣਾ। ਕਿਸਾਨ ਵੀ ਚਿੰਤਤ ਹੈ, ਕਈ ਥਾਈਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਕਈ ਥਾਈਂ ਥੋੜ੍ਹਾ ਮੋਡਰੇਟ ਹੈ, ਘੱਟ ਹੈ ਮੀਂਹ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਬਰਫ਼ਬਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਹਿਮਾਚਲ ਦੇ ਵਿੱਚ, ਔਰ ਉੱਤੇ ਪਹਾੜਾਂ ਦੇ ਵਿੱਚ ਰਿਕਾਰਡ ਟੁੱਟੇ ਨੇ ਬਰਫ਼ਬਾਰੀ ਦੇ, ਤਾਂ ਉਹਦਾ ਇੱਥੇ ਸਾਡੇ ਪੰਜਾਬ ਦੇ ਵਿੱਚ ਅਤੇ ਖੇਤੀ 'ਤੇ ਖਾਸ ਕਰਕੇ ਕੀ ਇੰਪੈਕਟ ਪਊਗਾ, ਇਸ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸੁਦਰਸ਼ਨ ਕੰਸੋਲੀਡੇਟਡ ਲਿਮਿਟਡ ਤੋਂ ਖੇਤੀ ਮਾਹਰ ਸੁਰਿੰਦਰ ਸਿੰਘ ਕੂਨਰ ਸਾਹਿਬ ਨੇ। ਕੂਨਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਥੈਂਕ ਯੂ ਵੈਰੀ ਮੱਚ ਜੀ। ਕੂਨਰ ਸਾਹਿਬ, ਕੀ ਇੰਪੈਕਟ ਇਹਦਾ ਜਿਹੜਾ ਹੁਣ ਇੱਕਦਮ ਮੌਸਮ ਬਦਲਿਆ ਫਸਲਾਂ 'ਤੇ, ਕੀ ਇਹਦਾ ਨੁਕਸਾਨ ਹੋਣਾ, ਫਾਇਦਾ ਹੋਣਾ ਜੀ? ਦੇਖੋ ਜੀ, ਜਿਹੜਾ ਮੀਂਹ ਪਿਆ ਤਾਂ ਰੱਬ ਨੇ ਮਤਲਬ ਨੱਕੇ ਧਾਨੇ ਨੇ ਵਾਲੇ ਨੱਕੇ ਛੱਡਣ ਵਾਲੀ ਗੱਲ ਹੈ। ਇਹ ਕਣਕ ਵਾਸਤੇ ਤਾਂ ਜੀ ਬਹੁਤ ਵਧੀਆ ਰਹੂਗਾ। ਹਾਂ, ਮੇਰਾ ਖਿਆਲ ਆ ਵੀ ਇਹ ਜੋ ਕਣਕ 'ਚ ਪਲੱਤਣ ਜਿਹੀ ਸੀਗੀ, ਹੁਣ ਤੁਸੀਂ ਦੋ ਤਿੰਨ ਦਿਨਾਂ 'ਚ ਦੇਖੋਗੇ ਕਿ ਇਹ ਸਾਰੀ ਠੀਕ ਹੋ ਜਾਣਾ। ਬਹੁਤ ਵਧੀਆ ਜੀ, ਇਹਦਾ ਬਹੁਤ ਫਾਇਦਾ ਹੋਏਗਾ ਕਣਕ। ਆਲੂਆਂ ਵਾਸਤੇ ਜੀ? ਆਲੂਆਂ ਵਾਸਤੇ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ ਜਿੱਥੇ ਮੀਂਹ ਪੈਂਦਾ ਹੈਗਾ, ਅਤੇ ਡੈਫੀਨੇਟਲੀ ਇਹ ਦੇਖੋ ਰੱਬ ਨੂੰ ਆਪਾਂ ਚਾਬੀ ਨਾਲ ਨਹੀਂ ਚਲਾ ਸਕਦੇ, ਕਿਸੇ ਫਸਲ ਨੂੰ ਥੋੜ੍ਹਾ ਫਾਇਦਾ ਹੋਊਗਾ ਤਾਂ ਕਿਸੇ ਨੂੰ ਨੁਕਸਾਨ ਹੋ, ਇਹ ਤਾਂ ਨਾਲ ਰਹਿਣਾ ਹੀ ਪੈਣਾ। ਖੇਤੀ ਐਸੀ ਆ ਸਾਰੀ ਖੇਤਾਂ 'ਚ ਹੁੰਦੀ ਆ, ਉੱਥੇ ਤੁਸੀਂ ਕਦੇ ਨਹੀਂ ਤੁਸੀਂ ਕਹਿ ਸਕਦੇ ਵੀ ਆਪਾਂ ਰੱਬ ਨੂੰ ਚਾਬੀ ਨਾਲ ਚਲਾ ਲਾਂਗੇ, ਇਹ ਤਾਂ ਉਸਨੇ ਵਾਹਿਗੁਰੂ ਨੇ ਜੋ ਕਰਨਾ ਹੈਗਾ ਉਹਦੇ ਹਿਸਾਬ ਨਾਲ ਅਸੀਂ ਚੱਲਣਾ ਆਪ, ਬਸ ਇਹ ਹੈਗਾ। ਪਰ ਇਹਦਾ ਕੋਈ ਨੁਕਸਾਨ ਜਾਂ ਫਾਇਦਾ ਤਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਬਹੁਤਾ ਮੀਂਹ ਪੈ ਜੇ ਤਾਂ ਉਹਦਾ ਨੁਕਸਾਨ ਵੀ ਹੋ ਜਾਂਦਾ, ਜਾਂ ਠੰਡ ਵੱਧਦੀ ਹੈ ਤਾਂ ਉਹਦਾ ਕੀ ਇੰਪੈਕਟ ਹੁੰਦਾ? ਨਹੀਂ, ਠੰਡ ਨਾਲ ਤਾਂ ਨਹੀਂ, ਉਹ ਧੁੰਦ ਪੈਣ ਲੱਗ ਜੂਗੀ ਥੋੜ੍ਹੀ ਜਿਹੀ ਜ਼ਿਆਦਾ, ਗਰੋਥ ਥੋੜ੍ਹੀ ਸਲੋ ਹੋ ਜਾਂਦੀ ਹੈ ਸਾਰੇ ਪਲਾਂਟਸ ਦੀ ਹੋਈ ਜਦੋਂ ਵੀ ਉਹ ਹੁੰਦਾ ਹੈਗਾ, ਲੇਕਿਨ ਜੇ ਬਹੁਤ ਹੀ ਜ਼ਿਆਦਾ ਪੈ ਜਾ ਫਿਰ ਤਾਂ ਨੁਕਸਾਨ ਹੀ ਨੁਕਸਾਨ ਆ। ਲੇਕਿਨ ਜਿੰਨੀ ਕੁ ਹੁਣ ਹੈਗਾ ਜਾਂ ਦੱਸਿਆ ਇਹਨਾਂ ਨੇ ਵੀ ਅੱਜ ਤੋਂ ਬਾਅਦ ਮੀਂਹ ਬਹੁਤਾ ਨਹੀਂ ਪੈਣਾ, ਮੇਰਾ ਖਿਆਲ ਆਈਡੀਅਲ ਆ ਇਹ ਕਣਕ ਵਾਸਤੇ ਤਾਂ। ਧੁੰਦ ਫਾਇਦੇਮੰਦ ਵੀ ਹੁੰਦੀ ਹੈ ਜੀ? ਫਾਇਦੇਮੰਦ ਤਾਂ ਵੈਸੇ ਕਹਿੰਦੇ ਹੀ ਆ ਵੀ ਇਹ ਖਾਦ ਦੀ ਤਰ੍ਹਾਂ ਲੱਗਦੀ ਹੈ ਕਈ ਵਾਰ, ਲੇਕਿਨ ਇਹ ਆ ਵੀ ਸਲੋ ਗਰੋਥ ਹੋ ਜਾਂਦੀ ਹੈ, ਵੈਸੇ ਤਾਂ ਫਾਇਦੇਮੰਦ ਆ। ਕੁਨਰ ਸਾਹਿਬ, ਓਵਰਆਲ ਕਿਸਾਨੀ ਨੂੰ ਕਿਵੇਂ ਦੇਖਦੇ ਹੋ ਜੀ? ਹੁਣ ਇਹ ਤਾਂ ਮੌਸਮ ਦੀ ਗੱਲ ਰਹੀ ਕਿ ਮੌਸਮ 'ਚ ਕੀ ਬਦਲਾਅ ਆਉਣਾ, ਔਰ ਮੌਸਮ ਫਾਇਦਾ ਦੇਊਗਾ ਨੁਕਸਾਨ ਦੇਊਗਾ, ਕਿਸਾਨੀ ਖੜੀ ਕਿੱਥੇ ਜੇ ਜੀ? ਮੇਰਾ ਮਤਲਬ ਹੈ ਜੀ ਕਿ ਮੇਰਾ ਖਿਆਲ ਹੈ ਕਿ ਕਿਸਾਨੀ ਖੜੀ ਨਹੀਂ, ਕਿਸਾਨੀ ਲੇਟੀ ਹੋਈ ਹੈ। ਕਿਸਾਨੀ ਦਾ ਬਹੁਤ ਬੁਰਾ ਹਾਲ ਹੈ, ਪੇਪਰਾਂ 'ਚ ਲੋਕ ਦੇਈ ਜਾਂਦੇ ਨੇ ਤਾਂ ਕਰੀ ਜਾਂਦੇ ਨੇ, ਸਾਰੇ ਬਿਆਨ ਦੇਈ ਜਾਂਦੇ ਨੇ, ਲੇਕਿਨ ਜਿਹੜਾ ਬੇਸਿਕ ਚੀਜ਼ ਆ ਉਹਦੇ ਵਿੱਚ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਜੇ ਕਰਦੇ ਵੀ ਆ ਤਾਂ ਉਹਦਾ ਕੋਈ, ਮੈਨੂੰ ਨਹੀਂ ਲੱਗਦਾ ਵੀ ਅਜੇ ਤਾਂ ਕੋਈ ਸੀਰੀਅਸ ਐਫਰਟ ਕੀਤਾ ਗਿਆ ਕਿ ਕਿਸਾਨੀ ਨੂੰ ਕੱਢਿਆ ਜਾਵੇ। ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਕਹੂੰਗਾ
कि जिहड़ी किसानी आ जे इस नूं बिजनेस लिया जाए तो इस तों वधिया बिजनेस कोई नहीं हैगा। अच्छा, यह जिंदगी जी कदे फेल नहीं हो सकता। हुण तां कहिंदे घाटे दा सौदा है, ये सौदा हैगा किसानी। जे इहनूं बिजनेस दी तरह आपां लवांगे फिर घाटे दा नहीं है। तुसीं एक चीज़ देखो कि जे तुसीं इस नूं प्रोसैसिंग करन लग जाओ खेती खेत तब ये विच लॉस का मतलब ही कोई नहीं। क्यों लॉस है? जदों सब तो पहला जब दुनिया बनी आ ग्लोब बनिया पहला एग्रीकल्चर आया, और जे कि रब ने चाहे दुनिया खत्म करनी हुई सब तो अखीर च एग्रीकल्चर खत्म होगा। इन बिटवीन सारे आ, हर एक बंदे नूं एग्रीकल्चर चाहिए तो पर असी इस नूं रोलिया पिया है। आदमी की को आदमी की गलतियां करके रोलिया हुआ है, उपर वाले ने नहीं किया। 1000 फसल है जिहड़ी कि इकनोमिकली ग्रो हो सकती है, पर असी तो ये भी उही लगे झोना कणक बुरा हाल किया पिया है। सवाल तां कर रहे हैं जदों इहोजा मौसम बनदा ना असी रब वल नूं तां ऐ मूँह कर लैंदे आ, ये भी सोचते हैं भी रब कितें तां होणा भी बदलां करके साडा नुकसान हो रहा है जिहड़ा असी आप नुकसान कर रहे हैं सारा साल, वो कदे नहीं सोचिया ना। मैं कहा जी आप तां असी तां कहिंदे आ भी असी हूँ ठीक हाँ, और जाके लेकिन कुदरत तुहानूं बार बार प्रूव करदी आ भी तुसीं गलत हो, असी फिर नहीं समझते। सो इस करके जे आपां पंजाब दी खासकर गल करिए पंजाब दी किसानी तां मेरा ख्याल है भी जिस तरह आपां चल रहे हैं ये तां कम वधणगे। खुदकशियां कहिंदे आ भी बंद हो जाणगे, किवें बंद हो जाणगे? पराली चलाउणी बंद कर दिओ, किवें कर देणगे? आह ला लो जी, आह कर लो जी, ये चीज़ां लार्ज स्केल ते होण वालियां ने। तुसीं मुद्दे नूं ये खत्म क्यों नहीं करदे? झोने नूं ना बीजण दिओ, किवें बीज? मैं नहीं कहिंदा भी लाठियां नाल रोक दो जा पुलिस रख के, लेकिन वो मजबूर कर दिओ भी जिमीदार दूजियां फसलां लावे, वो उन्होंने दसो। फिर जो सब तो वड्डी चीज़ आ जो तो कोई भी नहीं कर रहा कि जिमीदार ग्रोअर जो कंज्यूमर वो जोड़ दौ, किमें जोड़ोगे? ये देखो तुसी बड़े रस्ते आ जोड़न वाले, तुसी जोड़ो उन्हों। तुसी तां उही आ भी जाके जिमीदार आ जे सवेरे पिछों कित्थे चलिया खेत गेड़ा मारन चलिया, यही कहिंदे आ ना अपने। तुसी भी मलोड़दे हो तुहाडे एरिए भी वड्डे जिमीदार ने। अच्छा, जां फिर दूजा पिछों कित्थे चलिया कणक सुट्टन चलिया मार्केट च झोना सुट्टन चलिया, तुसीं दसो भी जिहड़ी चीज़ सोने की तरह तुसीं प्रोड्यूस करदे उहनूं सुट्टन जाओगे? सो इस करके अच्छा होर देख लो, ये दो कई चीज़ा ने हुण बड़ा कुछ दसण नूं जी करदा पर बड़ियां आ खुदकशियां दा काम मैं विच तां दस रहा भी इहदी खुदकशियां मजोरिटी नहीं आलमोस्ट सारियां ही जट सिख कर रहे ने। खेती कले जट सिक्खी नहीं करते पंजाब च, सैनिक मोह मुसलमान भी करते हैं। मैनू किसी का नाम दसो इन्हां चो किसी ने कीती होवे, क्यों नहीं कीती? इहनूं लभो, जे और रीजन लभ लोगे तो ठीक है। कारण की है? कारण यही है भी वह कणक झोना लाउंदे ही नहीं, वह दूजियां फसलां च ने, अरो सब्जियां लाउंदे ने, सीड ने फुल्लां दे सीड ने जां होर प्लांट ने जिहड़े मैडिसिनल प्लांट कई ग्रो करते हैं। सो इन्नियां चीज़ां ने तुसीं कर सकते हो। फिर वो जिमीदार हूँ मैं कई पिंड जाना एक मोगे दे को एक दिन 500 जिमीदार सी मैं उत्थे सी, मैं क्या मैं उन्होंने कहा मैं क्या भी जिहड़ी चीज़ तुसी बेच नहीं सकते वो बीजिया ना करो। तो एक जिमीदार मैं कहता मैं क्या कणक झोना छड्ड दिओ, एक बजुर्ग मैं कहता तू दस दे फिर की बीजी है। मैं क्या बजुर्ग तू बेच की सकदा? कहिंदा बेच तो मैं कुछ नहीं सकता। मैं क्या तप्पड़ रख ला फिर ना बीजी, जे तू बेच नहीं सकता बीजनी कहदे वास्ते आ? मंडिया सुट्टन जाने हो तुसी, जेड़ी चीज़ भी तुहानू आड़तीए दी दुकान ते बेचण जाना पैना उहदे च कुछ नहीं लभना। जदों तक जे जिमीदार ने बचना उहदी मार्केटिंग आ जिहड़ी उहदे खेत च होनी चाहीदी है। इहदा मतलब इह आ कहणगे जी फिर दसो असीं किहड़ा किहड़ी चीज़ बीजीए? एक चीज़ नहीं, ये नहीं कि पिंड जे एक ने मान लो शकरकंदी लाती सारा पिंड शकरकंदी लाउण लग गया, ये तो जे 20 फैमिली है ना 20 चीज़ां लाउणियां चाहीदियां ने उहनां नूं, और भी हाँ बंदे ना कॉन्ट्रैक्ट करो। अच्छा फिर ये नहीं कि कॉन्ट्रैक्ट की कोई है नहीं, बड़े आ कॉन्ट्रैक्ट वाले जिहड़े चाहुंदे आ, उत्थे जिमीदार नूं सानूं अपने आप नूं करना पैना। हुण मैं तुहानूं दसदा भी एक साढ़े दोस्त ने उन्हें टमाटरां दा कीती 2 रुपये किलो, तो बड़े पुरानी गल आ 2 रुपये किलो जिमीदारां नाल कीती, जिहदे ते जे तां मार्केट 'च रेट वध गया फिर तां रात नूं मंडी सुट्टे होणा चोरी। अच्छा जे घट गया तां गुआंढी दी वी पा लैणी, कहिंदे झाड़ वध गया। सो ये चीज़ा आपां चलाकियां नहीं करनियां, सीधे हो के आपां करना पैना जे असीं बचना। सो इस करके खेती जिहड़ी आ ये तो वधिया कोई धंधा नहीं, बिजनेस कह रहा मैं, फिर मैं कह रहा बिजनेस, जे इहनूं बिजनेस समझो लॉस हो ही नहीं सकता। सो हुण ऐसिया चीज़ा ने कि जिहड़ियां हो सक, हुण गाजर आ सपोज मैं एक एग्जाम्पल ही दे दिंदा, आ जिहड़ा इहदे चों काला रंग है गाजर चों निकलदा,
ਯੈਂਥੋਸਾਈਨਿਨ ਉਹਨੂੰ ਕਹਿੰਦੇ ਨੇ, ਯੈਂਥੋਸਾਈਨਿਨ ਉਹ ਕਾਲੀ ਗਾਜਰ 'ਚੋਂ ਨਿਕਲਦਾ, ਉਹ ਇਕੱਲੀ ਚਾਈਨਾ ਹੁਣ ਦੇ ਰਿਹਾ ਹੈਗਾ। ਜੇ ਉਸ ਨੂੰ ਪ੍ਰੋਡਿਊਸ ਕਰ ਲਓ ਇੱਥੇ ਗਾਜਰ ਸਾਡੇ ਅੰਮ੍ਰਿਤਸਰ ਗੁਰਦਾਸਪੁਰ ਏਰੀਆ 'ਚ ਨਾਲ ਨਾਲ ਜਿਹੜੇ ਠੰਡਾ ਏਰੀਆ ਉੱਥੇ ਬੜੀ ਹੋ ਸਕਦੀ ਹੈ ਇਹ ਵਰਾਇਟੀ, ਵੀ PAU ਨੇ ਕੱਢ ਲਈ। ਹੁਣ ਉਹਦਾ ਪ੍ਰੋਸੈਸਿੰਗ ਪਲਾਂਟ ਲਾਓ, ਫਿਰ ਇਹ ਆ ਵੀ ਜਿਹੜੇ ਉਹਨਾਂ ਦੇ ਨਾਲ ਜੁੜਨ, ਉਹ ਨਾਲ ਹੀ ਜੁੜਨ। ਇਹ ਨਹੀਂ ਵੀ ਜੇ ਦਿੱਲੀ ਵਾਲਾ ਆ ਕੇ ਵੱਧ ਰੇਟ ਦੇ ਗਿਆ ਤਾਂ ਉਹ ਤੁਸੀਂ, ਮਤਲਬ ਇਹ ਐਗਰੀਕਲਚਰ ਤੁਸੀਂ ਦੱਸਿਆ ਸਾਡਾ ਝੋਨਾ ਖਾਂਦਾ ਹੀ ਕੋਈ ਨਹੀਂ, ਖਾਂਦਾ ਹੀ ਕੋਈ। ਮੈਨੂੰ ਇਹ ਦੱਸੋ, ਮੈਂ ਤਾਂ ਚਲੋ ਤੁਹਾਨੂੰ ਇਹ ਪੁੱਛਦਾ ਕਿ ਵੀ ਆਹ ਝੋਨਾ ਜਿਹੜਾ ਬਾਸਮਤੀ, ਨਹੀਂ ਕਹਿ ਰਿਹਾ ਬਾਸਮਤੀ ਠੀਕ, ਬਾਕੀ ਝੋਨਾ ਮੈਨੂੰ ਇਹ ਪੰਜਾਬ 'ਚੋਂ ਇੱਕ ਬੰਦਾ ਲੱਭ ਕੇ ਲਿਆ ਕੇ ਦਿਓ ਜਿਹੜਾ ਕੋਈ ਖਾਂਦਾ ਹੋਵੇ, ਚਾਹੇ ਉਹ ਈਵਨ ਛੱਡੋ ਆਪਣੇ ਜ਼ਿਮੀਂਦਾਰਾਂ ਤਾਂ ਕੀ ਖਾਣੇ ਆ ਉਹਨਾਂ ਨੇ, ਅਤੇ ਈਵਨ ਕੋਈ ਭਈਆ ਖਾਂਦਾ ਹੋਵੇ, ਕੁਝ ਭਿਖਾਰੀ ਖਾਂਦਾ ਹੋਵੇ, ਅਤੇ ਪ੍ਰੋਡਿਊਸ ਕਰੀ ਜਾਂਦੇ ਆ। ਜਾਂਦੇ ਕਿੱਥੇ ਹੈ? ਉਹ ਪੂਸਾ ਲਾਉਣ ਆਉਂਦੇ ਹਾਂ, ਖਾਂਦਾ ਨਹੀਂ, ਅਸੀਂ ਖਾਂਦੇ ਨਹੀਂ ਨਾ, ਖਾਂਦਾ ਕੋਈ ਵੀ ਨਹੀਂ, ਕਿਹਦੇ ਵਾਸਤੇ ਬਣਾਉਂਦੇ? ਉਹ ਮੈਂ ਇੱਥੇ ਸਾਹਮਣੇ ਵਾਲਾ ਬੈਠਾ ਸੀ, ਉਹ ਗਿੱਲ ਦੀ ਦੁਕਾਨ 'ਤੇ ਸਾਡਾ ਆਪਣਾ ਡਿਸਟ੍ਰੀਬਿਊਟਰ ਵੀ ਆ, ਉਹ ਮੇਰਾ ਪਿੰਡ ਆ ਇਸ ਏਰੀਏ ਦਾ, ਤਾਂ ਸਾਰੇ ਪਿੰਡਾਂ ਵਾਲੇ ਬੈਠੇ ਸੀ। ਉਹ ਆਹੀ ਗੱਲ ਮੈਨੂੰ, ਮੈਂ ਕਿਹਾ ਕੀ ਲਾਇਆ ਕੋਈ, ਪੂਸਾ 44 ਜੇ 15 ਫਲਾਣਾ, ਮੈਂ ਕਿਹਾ ਇਹ ਦੱਸੋ ਤੁਸੀਂ ਇਹ ਬੀਜ ਦਿਓ ਖਾਂਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਬੀਜ ਦੇ ਕਿਉਂ, ਕੌਣ ਖਾਂਦਾ? ਨਹੀਂ ਪਰ ਇਹ ਕਿਹਾ ਜਾਂਦਾ ਨਾ ਵੀ ਬਿਹਾਰ UP ਉੜੀਸਾ ਖਾਂਦਾ ਇਹ, ਜਿਹੜਾ ਅਸੀਂ ਪ੍ਰੋਡਿਊਸ ਕਰ ਰਹੇ ਹਾਂ ਉੱਥੇ ਜਾ ਰਹੇ, ਉਹ ਇਹ ਨਹੀਂ ਖਾ ਰਹੇ ਇਹਨਾਂ, ਆਪਣੇ ਨੂੰ ਪਤਾ ਹੀ ਨਹੀਂ ਹੈਗਾ। ਉੜੀਸਾ ਦੇ ਵਿੱਚ ਤਾਂ ਦੂਸਰੀ ਵਰਾਇਟੀ ਆ, ਉਹ ਗੋਲ ਹੁੰਦੀ ਆ ਥੋੜ੍ਹੀ, ਉਹ ਖਾਂਦੇ ਨੇ, ਉਹਦਾ ਝਾੜ ਵੀ ਸਾਡੇ ਨਾਲੋਂ ਜ਼ਿਆਦਾ। ਸੋ ਹੁਣ ਉਹ ਟਾਈਮ ਨਹੀਂ ਰਹਿ ਗਿਆ ਕਿ ਪੰਜਾਬ ਨੇ ਪ੍ਰੋਡਿਊਸ ਕੀਤਾ ਬਾਕੀ ਖਾਣਗੇ, ਅਤੇ ਮੈਨੂੰ ਕਿਸੇ ਨੇ ਪੁੱਛਿਆ ਫਿਰ ਜਾਂਦਾ ਕਿੱਥੇ ਹੈ ਜੀ? ਜਾਂਦਾ ਇਹਨੂੰ ਖਾਂਦੇ ਆ ਤੋਤੇ, ਇਹਨੂੰ ਖਾਂਦੇ ਆ ਚੂਹੇ, ਇਹਨੂੰ ਖਾਂਦੇ ਆ ਮੀਂਹ, ਇਹਨੂੰ ਇੱਕ ਮਹਿਕਮਾ ਜੀ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਆਹ ਚੀਜ਼ਾਂ ਨੇ, ਤੁਸੀਂ ਮੈਨੂੰ ਦੱਸ ਦਿਓ, ਦੇਖਦੇ ਹੋ ਆ ਸੜਕਾਂ 'ਤੇ ਪਿਆ, ਤੁਸੀਂ ਢੇਰ ਲੱਗੇ ਚੂਹੇ ਲੱਗੇ ਹੋਏ ਨੇ, ਤੋਤੇ ਕਬੂਤਰ ਲੱਗੇ ਹੋਏ ਨੇ ਨਾ ਖਾਣ, ਉਹ ਵੀ ਹਟ ਜਾਂਦੇ ਆ ਥੋੜ੍ਹੀ ਦੇਰ ਬਾਅਦ ਖਾਣੇ, ਕਿਉਂਕਿ ਬੇਹਾ ਹੋ ਜਾਂਦਾ ਪਿਛਲੇ ਸਾਲ ਦਾ। ਸੋ ਆਪਾਂ ਇਸ ਨੂੰ ਤਾਂ ਐਗਰੀਕਲਚਰ ਨੂੰ ਤਾਂ, ਮੈਂ ਇੱਕ ਕਿਸੇ ਪੋਲੀਟੀਸ਼ੀਅਨ ਨਾਲ ਬੈਠਾ, ਉਹ ਜ਼ਿਮੀਂਦਾਰਾਂ ਨੇ ਚੰਡੀਗੜ੍ਹ ਨਾਲ ਧਰਨਾ ਲਾਇਆ ਹੋਇਆ ਸੀਗਾ ਮਟਕਾ ਚੌਂਕ 'ਚ, ਉਹ ਗੱਲਾਂ 'ਚ ਉਹਦੇ ਕਹਿੰਦਾ ਯਾਰ ਇੱਕ ਤਾਂ ਜ਼ਿਮੀਂਦਾਰਾਂ ਦਾ ਪੰਗਾ ਨਹੀਂ ਕਹਿੰਦਾ ਖਤਮ ਹੁੰਦਾ, ਉਹ ਆਪ ਵੀ ਜ਼ਿਮੀਂਦਾਰ ਸੀ। ਮੈਂ ਕਿਹਾ ਯਾਰ ਇਹ ਤਾਂ ਨਾ ਕਹੋ, ਪੰਗਾਦਾਰਾਂ ਦੱਸੋ, ਉਹ ਬੈਠੇ ਗਏ ਉਹਨੇ ਉਹ ਲੱਭੋ ਉਹਦਾ ਕੁਛ। ਬਾਕੀ ਗੌਰਮੈਂਟ ਦੀ ਆਪਣੀਆਂ ਮਜਬੂਰੀਆਂ ਨੇ, ਮੰਨਦਾ ਇਹ ਗੌਰਮੈਂਟ ਨੇ ਠੀਕ, ਗੌਰਮੈਂਟ ਦਾ ਮੈਂ ਕਈ ਵਾਰ ਕਹਿੰਦਾ ਹੁੰਦਾ ਗੌਰਮੈਂਟ ਦਾ ਕੰਮ ਕਾਰ ਦੇਣਾ ਨਹੀਂ ਜਾਂ ਉਹਦੇ ਪੈਟਰੋਲ ਪਾਉਣਾ ਨਹੀਂ, ਗੌਰਮੈਂਟ ਦਾ ਕੰਮ ਆ ਸੜਕ ਵਧੀਆ ਬਣਾਉਣਾ ਤਾਂ ਕਿ ਆਪਣੀ ਕਾਰ ਨੂੰ ਆਪਣੇ ਪੈਟਰੋਲ ਘੱਟ ਯੂਜ਼ ਹੋਵੇ ਅਤੇ ਕਾਰ ਨੂੰ ਠੀਕ ਚਲਾ ਸਕੋ, ਅਤੇ ਗੌਰਮੈਂਟ ਲੱਗੀ ਹੋਈ ਆ ਕਾਰਾਂ ਦੇਣ, ਗੌਰਮੈਂਟ ਲੱਗੀ ਹੋਈ ਆ ਪੈਟਰੋਲ ਪਾਉਣ, ਇਹ ਕੰਮ ਨਹੀਂ ਜੇ ਚੱਲਦੇ। ਬਹੁਤ ਧੰਨਵਾਦ ਕੁਨਰ ਸਾਹਿਬ, ਸਮਾਂ ਦਿੱਤਾ। ਥੈਂਕ ਯੂ ਜੀ। ਸੋ ਮੌਸਮ 'ਚ ਬਦਲਾਅ ਹੈ, ਹਾਲਾਂਕਿ ਕੁਨਰ ਸਾਹਿਬ ਨੇ ਦੱਸਿਆ ਕਣਕ ਨੂੰ ਫਾਇਦਾ ਹੈ, ਆਲੂਆਂ ਨੂੰ ਬਹੁਤੇ ਮੀਂਹ ਦਾ ਨੁਕਸਾਨ ਹੋ ਸਕਦਾ, ਪਰ ਜਿਵੇਂ ਗੱਲਾਂ ਰੱਬ ਤੋਂ ਮੀਂਹ ਤੋਂ ਸ਼ੁਰੂ ਹੋਈਆਂ ਅਤੇ ਕਿਸਾਨੀ ਤੱਕ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਹੋਈਆਂ, ਖੁਦਕੁਸ਼ੀਆਂ ਕਹਿੰਦੇ ਨਹੀਂ ਰੁਕ ਸਕਦੀਆਂ ਕਿ ਅਸੀਂ ਕਾਰਨ ਨਹੀਂ ਲੱਭ ਰਹੇ, ਔਰ ਜਿਹੜਾ ਮਹਿਕਮੇ ਹੈ ਉਹ ਸਾਡੇ ਝੋਨੇ ਨੂੰ ਖਾ ਰਹੇ, ਇਹ ਵੀ ਇੱਕ ਬੜੀ ਵਧੀਆ ਇੰਟਰਸਟਿੰਗ ਗੱਲ ਹੈ। ਮਹਿਕਮੇ ਦਾ ਨਾਂ ਤਾਂ ਨਹੀਂ ਲਿਆ ਪਰ ਗੱਲ ਬਹੁਤ ਇੰਟਰਸਟਿੰਗ ਹੈ ਕਿ ਮਹਿਕਮਾ ਖਾ ਜਾਂਦਾ, ਚੂਹੇ ਖਾ ਜਾਂਦੇ ਹੈ, ਤੋਤੇ ਖਾ ਜਾਂਦੇ ਆ ਅਤੇ ਮੀਂਹ ਖਾ ਜਾਂਦਾ। ਕੈਮਰਾ ਪਰਸਨ ਪ੍ਰਕਾਸ਼ ਜੱਸਾ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।